ਪਟਿਆਲਾ ਜ਼ਿਲ੍ਹੇ ਤੋਂ ਬਾਅਦ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਤੇਂਦੂਆ ਪਹੁੰਚ ਚੁੱਕਾ ਹੈ। ਪਿੰਡ ਚਨਾਰਥਲ ਖੁਰਦ ਵਿਖੇ ਪਿੱਗ ਫਾਰਮ ਦੇ ਕੋਲ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ ਪਾਏ ਗਏ ਨੇ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ, ਹਰ ਕੋਈ ਡਰਿਆ ਹੋਇਆ। ਇਲਾਕੇ ਨਿਵਾਸੀਆਂ ਨੇ ਜਦੋਂ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ ਦੇਖੇ ਤਾਂ ਤੁਰੰਤ ਇਸ ਬਾਬਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਟੀਮ ਨੇ ਪਹੁੰਚ ਕੇ ਰਾਤ ਦੇ ਸਮੇਂ ਤੇਂਦੂਏ ਦੀ ਭਾਲ ਕੀਤੀ ਹੈ ਤੇ ਲੋਕਾਂ ਨੂੰ ਵੀ ਅਲਰਟ ਕੀਤਾ ਗਿਆ ਹੈ ਕਿ ਲੋਕ ਸੁਚੇਤ ਰਹਿਣ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇੱਕ ਫੋਨ ਨੰਬਰ ਤੱਕ ਜਾਰੀ ਕੀਤਾ ਗਿਆ ਹੈ ਕਿ ਜੇਕਰ ਕਿਸੇ ਨੂੰ ਤੇਂਦੂਆ ਨਜ਼ਰ ਆਇਆ ਤਾਂ ਉਹ 0 17 63 23 28 38 ਇਸ ਫੋਨ ਨੰਬਰ ਤੇ ਫੋਨ ਕਰਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਾਣਕਾਰੀ ਇਸ ਬਾਬਤ ਦੇ ਸਕਦੇ ਨੇ। ਤਾਂ ਦੱਸ ਦਈਏ ਕਿ ਲਗਾਤਾਰ ਤੇਂਦੂਆ ਦਾ ਕਹਿਰ ਜਿਹੜਾ ਪੰਜਾਬ ਦੇ ਵਿੱਚ ਜਾਰੀ ਹੈ, ਪਹਿਲਾਂ ਪਟਿਆਲਾ ਦੇ ਕਈ ਇਲਾਕਿਆਂ ਦੇ ਵਿੱਚ ਇਸ ਨੂੰ ਘੁੰਮਦੇ ਹੋਏ ਦੇਖਿਆ ਗਿਆ ਤੇ ਹੁਣ ਇਹ ਤੇਂਦੂਆ ਜਿਹੜਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਵੀ ਪਹੁੰਚ ਚੁੱਕਾ ਹੈ। ਤਾਂ ਪਿੰਡ ਚਨਾਰਥਲ ਖੁਰਦ ਵਿਖੇ ਪਿੱਗ ਫਾਰਮ ਦੇ ਕੋਲ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਪਾਏ ਗਏ ਨੇ, ਜਿਸ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਹੈ ਅਤੇ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਵੀ ਤੇਂਦੂਏ ਦੀ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਾਂ ਇਸ ਬਾਬਤ ਉੱਥੇ ਮੌਜੂਦ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਸੀ, ਆਓ ਸੁਣਦੇ ਹਾਂ। ਪਿੰਡ ਚਰਨਾਥਲ ਖੁਰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਤੇਂਦੂਆ ਘੁੰਮਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ। ਸਾਡੇ ਘਰ ਦੇ ਕੋਲ ਮੇਰਾ ਆਪਣਾ ਪਿੱਗ ਫਾਰਮ ਪਾਇਆ ਹੋਇਆ ਅਤੇ ਇੱਕ ਰਾਤ ਨੂੰ ਉੱਥੇ ਤੇਂਦੂਆ ਘੁੰਮਣ ਦੇ ਨਿਸ਼ਾਨ ਜਿਹੜੇ ਨੇ ਅਸੀਂ ਨੇ ਦੇਖੇ ਸੀ, ਜਿਸ ਤੋਂ ਬਾਅਦ ਬਈ ਪਿੰਡ ਦੇ ਵਿੱਚ ਕਾਫੀ ਡਰ ਦਾ ਮਾਹੌਲ, ਕਾਫੀ ਸਹਿਮ ਦਾ ਮਾਹੌਲ ਪਾਇਆ ਗਿਆ, ਕਿਉਂਕਿ ਸਾਡੇ ਇਲਾਕੇ ਦੇ ਹੋਰ ਵੀ ਪਿੰਡਾਂ ਦੇ ਵਿੱਚ ਲਗਾਤਾਰ ਤੇਂਦੂਆ ਘੁੰਮਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ। ਜਿਸ ਤੋਂ ਬਾਅਦ ਅਸੀਂ ਨੇ ਪ੍ਰਸ਼ਾਸਨ ਨੂੰ ਸੰਪਰਕ ਕੀਤਾ ਅਤੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ, ਜੰਗਲਾਤ ਵਿਭਾਗ ਦੇ ਜਿਹੜੇ ਨੁਮਾਇੰਦੇ ਨੇ, ਉਹ ਬੀਤੀ ਕੱਲ੍ਹ ਆਏ ਸੀ। ਤੇਂਦੂਏ ਦੇ ਨਿਸ਼ਾਨ ਨੇ ਇਹ, ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਨੇ, ਇਸ ਗੱਲ ਦੀ ਪੁਸ਼ਟੀ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਵੀ ਕੀਤੀ ਗਈ ਆ ਅਤੇ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਜਲਦੀ ਅਸੀਂ ਤੇਂਦੂਏ ਨੂੰ ਜਿਹੜਾ ਕਾਬੂ ਕਰ ਲਾਂਗੇ ਅਤੇ ਮਾਣਯੋਗ DC ਸਾਹਿਬ ਦੇ ਵੱਲੋਂ ਵੀ ਹੁਕਮ ਜਿਹੜੇ ਨੇ ਇਸ ਸੰਬੰਧੀ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਤੇਂਦੂਏ ਨੂੰ ਕਾਬੂ ਕਰਨ ਦੇ ਲਈ ਕਾਰਵਾਈ ਨੂੰ ਜਿਹੜਾ ਤੇਜ਼ੀ ਦੇ ਨਾਲ ਅੰਜਾਮ ਦਿੱਤਾ ਜਾਵੇ। DC ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਅਤੇ ਪ੍ਰਸ਼ਾਸਨ ਮੂਹਰੇ ਵੀ ਅਪੀਲ ਕਰਦੇ ਹਾਂ ਕਿ ਸਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਭਰੋਸੇ 'ਚ ਲਿਆ ਜਾਵੇ ਅਤੇ ਇਸ ਤੇਂਦੂਏ ਨੂੰ ਛੇਤੀ ਤੋਂ ਛੇਤੀ ਕਾਬੂ ਕੀਤਾ ਜਾਵੇ। ਅਸੀਂ ਪਿੰਡ ਚਨਾਰਥਲ ਖੁਰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੇ ਹਾਂ। ਸਾਡੇ ਪਿੰਡਾਂ ਕਹਿੰਦੀ ਕਈ ਦਿਨਾਂ ਤੋਂ ਚੀਤੇ ਦੀਆਂ ਬਹੁਤ ਅਫਵਾਹਾਂ ਫੈਲੀਆਂ ਹੋਈਆਂ ਨੇ, ਕਈ ਪਿੰਡਾਂ 'ਚ ਦੇਖਿਆ ਵੀ ਗਿਆ। ਇੱਧਰ ਲੰਗ ਚਲਾਇਲੇ ਵੱਲ ਕੱਲ੍ਹ ਵੀ ਵੀਡੀਓ ਪਾਈਆਂ ਹੋਈਆਂ ਤੀਆਂ ਉੱਧਰ ਪਿੰਡ ਵਾਸੀਆਂ ਦੀਆਂ। ਅੱਜ ਅਸੀਂ ਪਿੰਡ ਚਨਾਰਥਲ ਖੁਰਦ ਵਿਖੇ ਇਹਦੀਆਂ ਚੀਤੇ ਦੀਆਂ ਪੈੜਾਂ, ਸਾਡੇ ਇੱਥੇ ਸੂਰਾਂ ਦਾ ਫਾਰਮ ਪਾਇਆ ਵਾ, ਉਹਦੇ ਲਾਗੇ ਇਹਦੀਆਂ ਪੈੜਾਂ ਚੈੱਕ ਕੀਤੀਆਂ, ਰਾਤ ਦੀਆਂ ਪੈੜਾਂ ਬਹੁਤ ਆਈਆਂ ਹੋਈਆਂ ਨੇ। ਸੋ ਅਸੀਂ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਇਹਦਾ ਕੋਈ ਹੱਲ ਕਰਿਆ ਜਾਵੇ, ਨਹੀਂ ਬੱਚਿਆਂ ਦਾ, ਬਜ਼ੁਰਗਾਂ ਦਾ ਬਾਹਰ ਨਿਕਲਣਾ ਬਹੁਤ ਔਖਾ ਹੋਇਆ ਵਾ, ਕੰਮਾਂ ਕਾਰਾਂ ਦਾ ਬਹੁਤ ਔਖਾ, ਸਾਰਿਆਂ 'ਚ ਸਹਿਮ ਦਾ ਮਾਹੌਲ ਹੋਇਆ ਵਾ। ਤੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕੋਈ ਕਦਮ ਚੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ, ਨਹੀਂ ਤਾਂ ਵੀਰੇ ਇੱਥੇ ਨਿਕਲਣਾ ਬਹੁਤ ਡਰ ਦਾ ਮਾਹੌਲ ਹੋਇਆ ਵਾ ਸਾਰਿਆਂ 'ਚ। ਕੱਲ੍ਹ ਚਨਾਰਥਲ ਕਲਾਂ ਵੀ ਅਨਾਊਂਸਮੈਂਟਾਂ ਹੋਈਆਂ, ਵਧੌਸ਼ੀ ਵੀ ਹੋਈਆਂ, ਸਾਰੇ ਪਿੰਡਾਂ 'ਚ ਬਹੁਤ ਸਹਿਮ ਦਾ ਮਾਹੌਲ ਹੋਇਆ ਵਾ। ਇਸ ਕਰਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਸਾਡੇ ਕੋਈ ਨਾ ਕੋਈ ਹੱਲ ਕਰਿਆ ਜਾਵੇ, ਇਹਨੂੰ ਫੜਨ ਦੇ ਲਈ ਕੋਈ ਪਿੰਜਰੇ ਜਾਂ ਜਾਲ ਵਗੈਰਾ ਦਾ ਇੰਤਜ਼ਾਮ। ਅਸੀਂ ਤਾਂ ਹਲੇ ਸਿਰਫ ਆਪਸ 'ਚ ਬਸ
ਡਾਂਗਾ ਸੋਟੇ ਲੈ ਕੇ ਫਿਰ ਰਹੇ ਹਾਂ ਆਪਣੀ ਸੇਫਟੀ ਵਾਸਤੇ।